ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਤੁਹਾਡਾ ਆਪਣਾ ਹੋਸਟ, ਤੇ ਤੁਸੀਂ ਦੇਖ ਰਹੇ ਹੋ ਲਵ ਫੋਰਐਵਰ ਚੈਨਲ। ਦੋਸਤੋ ਗਾਣੇ ਦੇ ਬੋਲਾਂ ਤੋਂ ਤਾਂ ਤੁਸੀਂ ਪਹਿਚਾਣ ਹੀ ਲਿਆ ਹੋਵੇਗਾ ਕਿ ਆਪਾਂ ਕਿਸ ਸਿੰਗਰ ਦੀ ਗੱਲ ਕਰਦੇ ਪਏ ਆ। ਆਰਨੀਤ ਪੰਜਾਬੀ ਇੰਡਸਟਰੀ ਦਾ ਅਜਿਹਾ ਸਿੰਗਰ ਜੋ ਅੱਜ ਕੱਲ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਪਿਆ ਹੈ। ਕੋਈ ਅਜਿਹਾ ਵਿਆਹ ਨਹੀਂ ਹੁੰਦਾ ਜਿਸ ਵਿੱਚ ਆਰਨੀਤ ਦੇ ਗਾਣੇ ਬਾਰ ਬਾਰ ਨਾ ਚਲਾਏ ਜਾਣ। ਦੋਸਤੋ ਅੱਜ ਦੀ ਵੀਡੀਓ ਵੱਲ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜੇ ਤੁਸੀਂ ਆਰਨੀਤ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਸੋ ਦੋਸਤੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਆ ਹੁਣ ਦੀ ਵੀਡੀਓ ਵੱਲ। ਯਾਰੋ ਹਰ ਇੱਕ ਆਪਣੀ ਲਾਈਫ ਵਿੱਚ ਕਿਸੇ ਨਾ ਕਿਸੇ ਨੂੰ ਫੋਲੋ ਜ਼ਰੂਰ ਕਰਦਾ ਹੈ, ਜਾਂ ਇਹ ਕਹਿ ਲਵੋ ਕਿ ਕਿਸੇ ਨਾ ਕਿਸੇ ਦਾ ਫੈਨ ਜ਼ਰੂਰ ਹੁੰਦਾ ਹੈ। ਸੋ ਅੱਜ ਦੀ ਵੀਡੀਓ ਸੀ ਕਿ ਆਰਨੀਤ ਕਿਸ ਦੇ ਫੈਨ ਨੇ। ਦੋਸਤੋ ਆਰਨੀਤ ਪੰਜਾਬੀ ਇੰਡਸਟਰੀ ਦੇ ਬਾਦਸ਼ਾਹ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਧਮਾਲ ਮਚਾਈ ਹੋਈ ਹੈ। ਜੀ ਹਾਂ, ਆਪਾਂ ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਦੀ। ਦਿਲਜੀਤ ਅਜਿਹਾ ਬ੍ਰਾਂਡ ਜੋ ਬਾਲੀਵੁੱਡ ਵਿੱਚ ਵੀ ਪੂਰਾ ਚਮਕਿਆ ਹੋਇਆ ਹੈ, ਤੇ ਇਹਨਾਂ ਦੇ ਹੀ ਫੈਨ ਨੇ ਆਰਨੀਤ। ਜੀ ਹਾਂ, ਇਸ ਗੱਲ ਦਾ ਖੁਲਾਸਾ ਆਰਨੀਤ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ। ਆਓ ਦੋਸਤੋ ਤੁਹਾਨੂੰ ਵੀ ਉਸ ਵੀਡੀਓ ਵੱਲ ਇੱਕ ਝਾਤ ਮਰਾਉਂਦੇ ਹਾਂ ਜਿਸ ਵਿੱਚ ਆਰਨੀਤ ਕਹਿੰਦਾ ਪਿਆ ਹੈ ਕਿ ਉਹ ਦਿਲਜੀਤ ਦੋਸਾਂਝ ਦਾ ਫੈਨ ਹੈ। ਕੌਣ ਫੇਵਰੇਟ ਸਿੰਗਰ ਹੈ ਪੂਰੀ ਟੋਟਲ ਇੰਡਸਟਰੀ ਦੀ ਗੱਲ ਕਰੀਏ, ਜਿਹਨੂੰ ਦੇਖ ਕੇ ਆਰਨੀਤ ਜਿਹੜਾ ਹੈਗਾ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਆ? ਮਿਹਨਤ ਆਪੋ ਆਪਣੇ ਕਿੱਤੇ ਦੇ ਵਿੱਚ ਸਾਰੇ ਕਰਦੇ ਆ, ਅਤੇ ਰੌਲਾ ਕਿ ਮਿਹਨਤ ਕਰਨ ਵਾਲੇ ਬੰਦੇ ਨੂੰ ਫੋਲੋ ਕਰਨਾ ਬੜਾ ਔਖਾ ਹੁੰਦਾ। ਉਦਾਂ ਭਾਵੇਂ ਆਪਾਂ ਇੰਟਰਵਿਊ ਦੇ ਵਿੱਚ ਮੈਂ ਬੋਲ ਲਵਾਂ ਫਲਾਣੇ ਨੂੰ ਫੋਲੋ ਕਰਦਾ, ਪਰ ਇਹ ਵੇਖੋ ਬੰਦੇ ਨੇ ਕਿੰਨੀ ਮਿਹਨਤ ਕਰਕੇ ਕਿੱਥੇ ਅੱਜ ਆਪਣਾ ਲੈਵਲ ਹੈ ਨਾ ਬਣਾਇਆ। ਉਹ ਚੀਜ਼ਾਂ ਦੇ ਵਿੱਚ ਡਿਪੈਂਡ ਇਹ ਕਰਦੇ ਵੀ ਆਪਾਂ ਖੁਦ ਆਪਣੀ ਮਿਹਨਤ ਪ੍ਰਤੀ ਕਿੰਨੇ ਕੁ ਇਮਾਨਦਾਰ ਹਾਂ। ਹੁਣ ਜੇ ਮੈਂ ਗੱਲ ਦਲਜੀਤ ਦੋਸਾਂਝ ਦੀ ਕਰਾਂ ਤਾਂ ਅੱਜ ਭਾਵੇਂ ਲੋਕਾਂ ਨੂੰ ਉੱਥੇ ਉਸ ਮੰਜ਼ਿਲ ਦੇ ਉੱਤੇ ਖੜ੍ਹਾ ਚਮਕਦਾ, ਪਰ ਉਹ ਕਿਹੜੇ ਪਿੰਡਾਂ 'ਚੋਂ ਕਿਹੜੇ ਰਸਤਿਆਂ 'ਚੋਂ ਗੁਜ਼ਰ ਕੇ ਗਿਆ, ਉਹ ਚੀਜ਼ਾਂ ਜਾਂ ਤਾਂ ਦਲਜੀਤ ਦੋਸਾਂਝ ਜਾਣਦਾ, ਜਾਂ ਉਹਨੂੰ ਜਿਹੜੇ ਨੇੜੇ ਉਹਨੂੰ ਪੜ੍ਹਨ ਵਾਲੇ ਆ ਅਤੇ ਨੇੜੇ ਰੀਡ ਕਰਨ ਵਾਲੇ ਉਹ ਬੰਦੇ ਜਾਣਦੇ, ਅਤੇ ਜਾਂ ਪਰਮਾਤਮਾ ਜਾਣਦਾ। ਸੋ ਮੈਂ ਉਹਨਾਂ ਬੰਦਿਆਂ ਨੂੰ ਸਲਾਮ ਕਰਦਾ ਜਿਹੜੇ ਅੱਜ ਵੱਡੇ ਲੈਵਲ ਬਣਾਈ ਬੈਠੇ ਨੇ, ਜਿਨ੍ਹਾਂ ਨੇ ਮਿਹਨਤ ਨਹੀਂ ਛੱਡੀ ਆਪਣੀ, ਉਹ ਉਹਨਾਂ ਨੂੰ ਵੇਖ ਕੇ ਬਥੇਰਾ ਜਿਹੜੇ ਆਪਣੇ ਤੋਂ ਵੱਡੇ ਆਰਟਿਸਟ ਨੇ, ਕਿਉਂਕਿ ਸਿੱਖਣਾ ਹੀ ਇੱਕ ਜ਼ਿੰਦਗੀ ਆ। ਮੈਂ ਕਦੇ ਇਹ ਨਹੀਂ ਸੋਚਿਆ ਵੀ ਹਾਂ ਆਪਾਂ ਆਪਣੇ ਤੋਂ ਵੱਡੇ ਤੋਂ ਹੀ ਸਿੱਖਣਾ। ਕਈ ਵਾਰੀ ਛੋਟਿਆਂ ਦੇ ਵਿੱਚ ਵੀ ਬੜਾ ਟੈਲੈਂਟ ਹੁੰਦਾ ਜੋ ਆਪਣੇ ਕੋਲ ਨਹੀਂ ਹੁੰਦਾ, ਸੋ ਜਿੱਥੋਂ ਮਿਲਦਾ ਤਾਂ ਕੈਪਚਰ ਕਰਦੇ ਰਹਿਣਾ ਚਾਹੀਦਾ। ਸੋ ਮੈਂ ਤਾਂ ਇਹ ਕਹਿੰਦਾ ਵੀ ਸਾਰੇ ਆਪੋ ਆਪਣੀ ਮਿਹਨਤ ਦੇ ਵਿੱਚ ਲੱਗੇ ਰਹਿਣ, ਪਰਮਾਤਮਾ ਸਭ ਨੂੰ ਰਾਜ਼ੀ ਰੱਖੇ ਬਸ। ਹਾਂਜੀ ਦੋਸਤੋ, ਜੇ ਤੁਸੀਂ ਵੀ ਆਰਨੀਤ ਦੇ ਫੈਨ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਆਰਨੀਤ ਦਾ ਕਿਹੜਾ ਗਾਣਾ ਪਸੰਦ ਹੈ। ਸੋ ਦੋਸਤੋ ਹੁਣ ਦੇ ਲਈ ਇੰਨਾ ਹੀ, ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ, ਤਦ ਤੱਕ ਦੇਖਦੇ ਰਹੋ ਲਵ ਫੋਰਐਵਰ ਚੈਨਲ।